ਤੇ ਬਾਕੀ ਜਿਹਦਾ ਜਿੰਨਾ ਇੱਕ ਸੋਚ ਹੁੰਦੀ ਆ ਓਨੀ ਇੱਕ ਸੋਚ ਲੈਂਦਾ ਆ। ਹਾਂਜੀ ਦੋਸਤੋ, ਕਿੱਦਾਂ ਸਾਰੇ ਓਪਸ? ਸਾਰੇ ਵਧੀਆ ਹੋਣਗੇ। ਖੁਸ਼ੀ ਨਰੂਲਾ ਤੋਂ ਉਹਨਾਂ ਦੇ ਸਨੈਪਚੈਟ 'ਤੇ ਕੁਸ਼ਚਨ ਪੁੱਛਿਆ ਗਿਆ ਕਿ ਉਹਨਾਂ ਦਾ ਕੋਈ ਬੋਏਫ੍ਰੈਂਡ ਹੈਗਾ ਜਾਂ ਨਹੀਂ। ਉਹਨਾਂ ਨੇ ਰਿਪਲਾਈ ਦਿੱਤਾ ਕਿ ਉਹਨਾਂ ਦਾ ਕੋਈ ਬੋਏਫ੍ਰੈਂਡ ਨਹੀਂ ਹੈਗਾ ਅਤੇ ਉਹ ਇਹਨਾਂ ਕੰਮਾਂ ਲਈ ਬਹੁਤ ਛੋਟੇ ਨੇ। ਉੱਥੇ ਇੱਕ ਕੁੜੀ ਨੇ ਰਿਪਲਾਈ ਕੀਤਾ ਕਿ ਇਹ ਤਾਂ ਸਭ ਫੈਮਿਲੀ ਦੇ ਸਾਹਮਣੇ ਆ, ਤੁਹਾਡਾ ਕੋਈ ਬੋਏਫ੍ਰੈਂਡ ਹੋਵੇਗਾ। ਉੱਥੇ ਖੁਸ਼ੀ ਨਰੂਲਾ ਨੇ ਕਿਹਾ ਕਿ ਮੈਂ ਟਰਾਈ ਨਹੀਂ ਕਰ ਰਹੀ ਕਿ ਮੇਰਾ ਕੋਈ ਬੋਏਫ੍ਰੈਂਡ ਹੋਵੇ, ਮੈਂ ਚਾਹੁੰਦੀ ਨਹੀਂ ਕਿ ਮੇਰਾ ਕੋਈ ਬੋਏਫ੍ਰੈਂਡ ਅੱਗੇ ਹੋਵੇ। ਕਰਮਿਤਾ ਕੌਰ ਕੱਲ੍ਹ ਮੂਵੀ ਦੇਖਣ ਗਏ ਸੀ ਅਤੇ ਉੱਥੇ ਕਿਸੇ ਬੰਦੇ ਨੇ ਉਹਨਾਂ ਨੂੰ ਰਿਪਲਾਈ ਕੀਤਾ ਕਿ ਤੁਹਾਡੇ ਪਿਓ ਦੀ ਹਾਲੇ ਡੈਥ ਹੋਈ, ਤੁਸੀਂ ਮੂਵੀ ਦੇਖ ਰਹੇ ਹੋ, ਅਤੇ ਉਸ 'ਤੇ ਕਰਮਿਤਾ ਕੌਰ ਨੇ ਕੀ ਰਿਪਲਾਈ ਦਿੱਤਾ, ਤੁਸੀਂ ਅੱਗੇ ਦੇਖੋ। ਕਿਸੇ ਦੇ ਵੀ ਸਵਾਲ ਜਵਾਬ ਨਾਲ ਕੋਈ ਫਰਕ ਨਹੀਂ ਪੈਂਦਾ। ਐਂਡ ਦੂਸਰੀ ਗੱਲ, ਆਈ ਐਮ ਨੋਟ ਆਨਸਰੇਬਲ ਟੂ ਐਨੀਬਡੀ ਐਨੀਬਡੀ ਐਕਸੈਪਟ ਮਾਈ ਮੋਮ ਐਂਡ ਡੈਡ। ਨਾਓ ਆਈ ਐਮ ਓਨਲੀ ਲੈਫਟ ਓਵਰ ਵਿਦ ਮਾਈ ਮਦਰ, ਆਈ ਐਮ ਨੋਟ ਆਨਸਰੇਬਲ ਟੂ ਐਨੀਵਨ ਐਕਸੈਪਟ ਮਾਈ ਮਦਰ। ਅਤੇ ਬਾਕੀ ਜਿਹੜਾ ਜਿੰਨੀ ਇੱਕ ਸੋਚ ਹੁੰਦੀ ਆ ਓਨੀ ਇੱਕ ਸੋਚ ਲੈਂਦਾ ਆ, ਅਤੇ ਮੈਂ ਕਿਸੇ ਨੂੰ ਵੀ ਇੱਥੇ ਜਵਾਬ ਦੇ ਹੀ ਨਹੀਂ ਆ। ਬਾਕੀ ਮੈਂ ਇਹ ਕਹੂੰਗੀ ਕਿ ਡੋਂਟ ਐਵਰ ਪੁੱਟ ਦੀਸ ਸਿਲੀ ਕੁਐਸਚਨਸ ਅੰਡਰ ਮਾਈ ਕਮੈਂਟ ਸੈਕਸ਼ਨ। ਠੀਕ, ਕੱਲ 0-3 ਸਵਾਲ ਦਾ ਸੌਂਗ ਆ ਰਿਹਾ ਅਤੇ ਸੌਂਗ ਬਾਰੇ ਹੋ ਕੇ ਕੀ ਕਹਿੰਦਾ ਵੀਡੀਓ 'ਚ ਦੇਖੋ। ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ, ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ। ਹਾਂਜੀ ਪੰਜਾਬੀਓ, ਕਿੱਦਾਂ ਹਾਲ ਚਾਲ? ਕੱਲ੍ਹ 12 ਵਜੇ ਆਪਣਾ ਗਾਣਾ ਆ ਰਿਹਾ ਆ, ਠੀਕ ਹੈ ਜੀ, ਅਤੇ ਤਿਆਰ ਰਹੋ ਵਿਦ ਵੀਡੀਓ। ਯੂਟਿਊਬ 'ਤੇ ਤੁਹਾਨੂੰ ਮਿਲ ਜੂਗਾ ਗਾਣਾ, ਅਤੇ ਨਾਲੇ ਮੇਰੇ ਇੰਸਟਾਗ੍ਰਾਮ 'ਤੇ ਆਊਟ ਨਾਓ ਮੈਂ ਪਾ ਦੂੰਗਾ, ਅਤੇ ਨਾਲ ਹੀ ਤੁਸੀਂ ਫਿਰ ਆਪਣੇ ਵਿਚਾਰ ਪੇਸ਼ ਕਰਨੇ ਆ। ਲਾਈਕ ਕਰਨਾ ਨਹੀਂ ਭੁੱਲਣਾ ਵੀਡੀਓ ਨੂੰ, ਅਤੇ ਕਮੈਂਟ ਕਰਨੇ ਨਹੀਂ ਭੁੱਲਣਾ, ਕਿਉਂਕਿ ਤੁਹਾਡੇ ਕਮੈਂਟ ਅਤੇ ਲਾਈਕ ਸਾਡੇ ਲਈ ਬਹੁਤ 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 ਮੈਟਰ ਕਰਦੇ ਆ।